ਸਤਿ ਸ਼੍ਰੀ ਅਕਾਲ ਮੈਂ ਸ਼ਮਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੀਸੀ ਨਵਾਜ਼। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ ਤੇ। ਬਰਗਾੜੀ ਮੋਰਚੇ ਜਾ ਰਹੀ ਸੰਗਤਾਂ ਦੀ ਵੈਨ ਹੋਈ ਹਾਦਸੇ ਦਾ ਸ਼ਿਕਾਰ। ਜ਼ਿਲ੍ਹਾ ਮਾਨਸਾ ਦੇ 26 ਪਿੰਡ ਹੋਏ ਬਾਲ ਵਿਵਾਹ ਮੁਕਤ ਅਤੇ 1600 ਕਿਸਾਨਾਂ ਨੇ ਬਾਲ ਮਜ਼ਦੂਰੀ ਛੱਡੀ। ਮਨਿੰਦਰਜੀਤ ਸਿੰਘ ਬਿੱਟਾ ਨੇ ਲੀਡਰਾਂ ਨੂੰ ਨਿਰੰਕਾਰੀ ਹਮਲੇ ਤੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ। ਜਲੰਧਰ ਤੇ GRP ਪੁਲਿਸ ਮੁਲਾਜ਼ਮ ਦਾ ਬੈਗ ਅਤੇ ਰਿਵਾਲਵਰ ਲੈ ਕੇ ਇੱਕ ਵਿਅਕਤੀ ਫਰਾਰ ਅਤੇ ਲੋਕ ਜਨ ਸ਼ਕਤੀ ਪਾਰਟੀ ਦਾ ਲਾਲ ਲਕੀਰ ਮਾਰਚ ਪੁੱਜਾ ਸ੍ਰੀ ਮੁਕਤਸਰ ਸਾਹਿਬ। ਤੇ ਹੁਣ ਵੱਧਦੇ ਹਾਂ ਵਿਸਤਾਰ ਵੱਲ। ਕਸਬਾ ਮੋੜ ਦੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਵਿੱਚ ਗੁਰਪੁਰਬ ਸਮਾਗਮ ਵਿੱਚ ਸੰਗਤਾਂ ਨੂੰ ਲੈ ਕੇ ਜਾ ਰਹੇ ਇੱਕ ਸਕੂਲ ਵੈਨ ਦੇ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਬਰਗਾੜੀ ਮੋਰਚੇ ਦੇ ਵਿਖੇ ਮਨਾਏ ਜਾ ਰਹੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੀਆਂ ਪਿੰਡ ਕੁਲਰੀਆਂ ਦੀਆਂ ਸੰਗਤਾਂ ਦੀ ਵੈਨ ਸੰਤੁਲਨ ਵਿਗੜਨ ਕਾਰਨ ਪਿੰਡ ਘੁੰਮਣ ਕਲਾਂ ਕੋਲ ਇੱਕ ਦਰਖਤ ਨਾਲ ਟਕਰਾ ਗਈ, ਜਿਸ ਵਿੱਚ ਸਵਾਰ ਔਰਤਾਂ ਸਮੇਤ ਲਗਭਗ 27 ਦੇ ਕਰੀਬ ਸੰਗਤਾਂ ਜ਼ਖਮੀ ਹੋਈਆਂ। ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਮਾਨਸਾ ਮੌੜ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਮੌੜ ਮੰਡੀ ਪੁਲਿਸ ਸਟੇਸ਼ਨ ਦੇ SHO ਦਲਵੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਨਾਲ ਭਰੀ ਵੈਨ ਪਿੰਡ ਕੁਲਰੀਆਂ ਤੋਂ ਬਰਗਾੜੀ ਜਾ ਰਹੀ ਸੀ, ਜੋ ਹਾਦਸਾ ਗ੍ਰਸਤ ਹੋ ਗਈ। ਐਕਸੀਡੈਂਟ ਹੋਇਆ ਸਕੂਲ ਬੱਸ ਦਾ, ਜਿਹੜੇ ਕਿ ਬਰਗਾੜੀ ਜਾ ਰਹੇ ਸੀ ਕੁਲਰੀਆਂ ਤੋਂ। ਬਰਗਾੜੀ ਉੱਥੇ ਅਖੰਡਪੁਰ ਸਾਹਿਬ ਦਾ ਭੋਗ ਸੀਗਾ, ਉਸ 'ਤੇ ਜਾ ਰਹੇ ਸੀਗੇ ਸੰਗਤ, ਅਤੇ ਜੋ ਪਤਾ ਲੱਗਿਆ ਹੁਣ ਤੱਕ ਉਸ 'ਚ ਇਹ ਹੈਗਾ ਵੀ ਬੱਸ ਦਾ ਕੰਟਰੋਲ ਨਹੀਂ ਰਿਹਾ ਬੱਸ 'ਤੇ, ਸ਼ਾਇਦ ਉਹਦਾ ਟਾਇਰ ਲੂਜ਼ ਹੋ ਗਿਆ ਜਾਂ ਕੀ ਹੋ ਗਿਆ, ਜਿਸ ਕਰਕੇ ਇੱਕ ਸਾਈਡ ਵਾਲੇ ਦਰਖਤ 'ਤੇ ਵੱਜੀ ਹੈ। ਹਜੇ ਤੱਕ ਕਿਸੇ ਵੀ ਕੈਜੂਅਲਟੀ ਦਾ ਕੋਈ ਰਿਪੋਰਟ ਨਹੀਂ ਹੈਗੀ, ਪਰ ਹੱਡੀਆਂ ਟੁੱਟੀਆਂ ਨੇ ਕੁਛ ਮਰੀਜ਼ਾਂ ਦੀਆਂ। ਇੱਥੇ 10 ਮਰੀਜ਼ ਦਾਖਲ ਹੋਏ ਨੇ, ਜਿਨ੍ਹਾਂ 'ਚੋਂ 3 ਦੇ ਮਤਲਬ ਸੱਟਾਂ ਹੈਗੀਆਂ ਨੇ। ਸੀਸੀ ਨਵਾਜ਼ ਲਈ ਬਠਿੰਡਾ ਤੋਂ ਜਸਵਿੰਦਰ ਸਿੰਘ ਅਰੋੜਾ ਦੀ ਰਿਪੋਰਟ। ਬਾਲ ਅਧਿਕਾਰਾਂ ਅਤੇ ਉਹਨਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀਆਂ 26 ਪੰਚਾਇਤਾਂ ਨੇ ਪਿੰਡਾਂ ਨੂੰ ਬਾਲ ਵਿਆਹ ਮੁਕਤ ਕੀਤਾ ਹੈ। ਉੱਥੇ ਹੀ ਕੁੱਲ 1519 ਕਿਸਾਨਾਂ ਨੇ ਕਰੀਬ 27 ਏਕੜ ਜ਼ਮੀਨ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕੀਤਾ ਹੈ। ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਪਿੰਡਾਂ, ਸਕੂਲਾਂ, ਕਾਲਜਾਂ ਵਿਖੇ ਹਮੇਸ਼ਾ ਹੀ ਬਾਲ ਅਧਿਕਾਰਾਂ ਅਤੇ ਸੁਰੱਖਿਆ ਸੰਬੰਧੀ ਸੈਮੀਨਾਰ ਲਾਏ ਜਾਂਦੇ ਹਨ, ਜਿਸ ਦੇ ਚੱਲਦੇ ਇਹਨਾਂ ਯਤਨਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁਣ ਤੱਕ ਕਰੀਬ 26 ਪਿੰਡਾਂ ਦੀਆਂ ਪੰਚਾਇਤਾਂ ਨੇ ਨਿਵੇਕਲੀ ਪਹਿਲ ਕਰਦਿਆਂ ਆਪਣੇ ਪਿੰਡਾਂ ਨੂੰ ਬਾਲ ਵਿਆਹ ਤੋਂ ਮੁਕਤ ਕੀਤਾ ਹੈ। ਇੰਨਾ ਹੀ ਨਹੀਂ, ਕਰੀਬ 1500 ਤੋਂ ਵੱਧ ਕਿਸਾਨ ਜ਼ਿਮੀਂਦਾਰਾਂ ਨੇ ਆਪਣੇ ਕਰੀਬ 27,000 ਏਕੜ ਜ਼ਮੀਨ ਨੂੰ ਬਾਲ ਮਜ਼ਦੂਰੀ ਤੋਂ ਮੁਕੰਮਲ ਮੁਕਤ ਕੀਤਾ ਹੈ। ਇਸ ਸੰਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਨਿਵਾਸੀਆਂ ਵੱਲੋਂ ਪਹਿਲ ਕਰਦਿਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਮੁਹਿੰਮ ਵਿੱਚ ਸਾਥ ਦਿੱਤਾ ਹੈ ਅਤੇ ਪਿੰਡਾਂ ਨੂੰ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਮੁਕਤ ਕਰਨ ਲਈ ਇੱਕ ਚੰਗੀ ਪਹਿਲ ਹੈ। ਮੈਂ ਦੱਸਣਾ ਚਾਹੂੰਗੀ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਕਰੀਬਨ 26 ਪੰਚਾਇਤਾਂ ਨੇ ਆਪਣੇ ਆਪ ਨੂੰ ਬਾਲ ਵਿਵਾਹ ਮੁਕਤ, ਦੈਟ ਇਜ਼ ਚਾਈਲਡ ਮੈਰਿਜ ਫਰੀ ਘੋਸ਼ਿਤ ਕੀਤਾ ਹੈ। ਅਤੇ ਮਾਨਸਾ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਤੋਂ ਕਰੀਬਨ 1.5 ਸਾਲ ਪਹਿਲਾਂ ਇੱਥੇ ਦਾ ਹੀ ਇੱਕ ਪਿੰਡ, ਇੱਥੇ ਦੀ ਇੱਕ ਪੰਚਾਇਤ ਅਚਾਨਕ ਪਿੰਡ ਨੇ ਆਪਣੇ ਆਪ ਨੂੰ ਬਾਲ ਵਿਵਾਹ ਮੁਕਤ ਘੋਸ਼ਿਤ ਕੀਤਾ ਸੀ ਅਤੇ ਪੰਜਾਬ ਵਿੱਚ ਸਭ ਤੋਂ ਪਹਿਲੀ ਐਸੀ ਪੰਚਾਇਤ ਹੋਣ ਦਾ ਮਾਣ ਹਾਸਲ ਕੀਤਾ ਸੀ। ਅਤੇ ਇਸੇ ਲੀਗ ਦੇ ਵਿੱਚ ਚੱਲਦੇ ਹੋਏ 25 ਹੋਰ ਪੰਚਾਇਤਾਂ ਨੇ ਆਪਣੇ ਆਪ ਨੂੰ ਘੋਸ਼ਿਤ ਕੀਤਾ ਹੈ ਕਿ ਉਹ ਚਾਈਲਡ ਮੈਰਿਜ ਫਰੀ ਨੇ। ਨਾਲ ਹੀ ਕਰੀਬ 1500 ਦੇ ਆਸ ਪਾਸ ਜ਼ਿਮੀਂਦਾਰਾਂ ਨੇ 28,000 ਏਕੜ ਜ਼ਮੀਨ ਨੂੰ ਬਾਲ ਮਜ਼ਦੂਰੀ ਫਰੀ ਵੀ ਘੋਸ਼ਿਤ ਕੀਤਾ ਹੈ। ਇਸ ਸੰਬੰਧੀ ਉਹਨਾਂ ਨੇ ਮਤੇ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਨੇ। ਉੱਧਰ ਦੂਜੇ ਪਾਸੇ ਇਸ ਪਹਿਲ ਤੇ ਪਿੰਡ ਵਾਸੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਕੁਲੈਰੀ ਦੇ ਸਰਪੰਚ ਮੇਜਰ ਸਿੰਘ ਅਤੇ ਅਹਿਮਦਪੁਰ ਦੇ ਕਲੱਬ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਨਹੀਂ ਕਰਵਾਇਆ ਜਾ ਰਿਹਾ, ਹੋਰ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਜਾਗਰੂਕ ਕੀਤਾ ਜਾ ਰਿਹਾ। ਅਸੀਂ ਇਹਦੇ ਵਿੱਚ ਇੱਕ ਮਤਾ ਪਾਸ ਕਰਨ ਦੀ ਕਮੇਟੀ ਬਣਾਈ ਗਈ ਸੀ ਜੀ, ਉਸ ਕਮੇਟੀ ਦੇ ਵਿੱਚ ਮੈਂਬਰ ਵੀ ਲਿੱਤੇ ਗਏ ਆ ਅਤੇ ਉਹਦੇ ਵਿੱਚ ਉਸ ਕਰਕੇ ਅਸੀਂ ਮੁੜ ਕੇ ਮਤਾ ਪਾਸ ਕਰਤਾ ਵੀ ਨਾ ਬਾਲ ਵਿਆਹ ਕਰਨਾ ਨਾ ਹੀ ਬਾਲ ਮਜ਼ਦੂਰੀ ਕਰਵਾਉਣੀ ਹੈ। ਇਹਦਾ ਹੀ ਸਭ ਤੋਂ ਪਹਿਲਾਂ ਅਸੀਂ ਭਾਈ ਘਨੱਈਆ ਲੋਕ ਸੇਵਾ ਕਲੱਬ ਨਾਲ ਸਾਡੇ ਸਾਰਡ ਆ ਜੋ ਆਪਣੀ ਬਾਲ ਸੁਰੱਖਿਆ ਕਮੇਟੀ ਆ ਅਤੇ ਨਾਲ ਪੰਚਾਇਤ ਦੀ ਨਾਲ ਸਹਿਯੋਗ ਦੇ ਨਾਲ ਇੱਕ ਅਸੀਂ ਮਤਾ ਪਾਸ ਕੀਤਾ ਵੀ ਸਾਡੇ ਪਿੰਡ 'ਚ ਜੋ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਆ ਅਸੀਂ ਇਹ ਮੁੜ ਤੋਂ ਖਤਮ ਕਰਨੀ ਆ ਤਾਂ ਜੋ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰਕੇ ਉਹਨਾਂ ਨੂੰ ਪੜ੍ਹਾਈ ਵਗੈਰਾ ਜਾਂ ਕੋਈ ਹੋਰ ਅੱਛੇ ਉਹ ਕਰਵਾ ਸਕੀਏ। ਸੀਸੀ ਨਵਾਜ਼ ਲਈ ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ। ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਜੀਤ ਸਿੰਘ ਬਿੱਟਾ ਨੇ ਅੰਮ੍ਰਿਤਸਰ ਵਿਖੇ ਹੋਏ ਨਿਰੰਕਾਰੀ ਭਵਨ ਹਮਲੇ ਤੇ ਬੋਲਦਿਆਂ ਕਿਹਾ ਕਿ ਜੋ ਲੀਡਰ ਇਸ ਮਸਲੇ ਤੇ ਬਿਆਨਬਾਜ਼ੀ ਕਰ ਰਹੇ ਹਨ ਉਹ ਸਿਰਫ ਆਪਣੀ ਰਾਜਨੀਤੀ ਚਮਕਾ ਰਹੇ ਹਨ। ਜਲੰਧਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸਰਦਾਰ ਬਿੱਟਾ ਨੇ ਨੇਤਾਵਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਹਮਲੇ ਸੰਬੰਧੀ ਉਹਨਾਂ ਵੱਲੋਂ ਕੀਤੀ ਬਿਆਨਬਾਜ਼ੀ ਦਾ ਆਮ ਲੋਕਾਂ ਅਤੇ ਬੱਚਿਆਂ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਹਮਲਾ ਕਰਾਉਣ 'ਤੇ ਇੱਕ ਦੂਜੇ 'ਤੇ ਦੋਸ਼ ਲਾਉਣਾ ਗਲਤ ਹੈ। ਉਹਨਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦਾ ਸੰਤਾਪ ਹੰਢਾ ਚੁੱਕਾ ਹੈ ਅਤੇ ਹੁਣ ਆਪਣੇ ਲੀਡਰ ਫਿਰ ਪੰਜਾਬ ਨੂੰ ਅੱਤਵਾਦ ਧਕੇਲ ਰਹੇ ਹਨ। ਪਬਲਿਕ ਨੇ ਤਾਂ ਸਬਕ ਸਿੱਖ ਲਿਆ, ਪਰ ਅਸੀਂ ਪੋਲੀਟੀਸ਼ੀਅਨਾਂ ਨੇ ਸਬਕ ਨਹੀਂ ਸਿੱਖਿਆ। ਅਸੀਂ ਫਿਰ ਉਸ ਪੁਰਾਣੀ ਰਾਜਨੀਤੀ ਦੇ ਵਾਲੇ ਪਾਸੇ ਜਾ ਕੇ ਪੰਜਾਬ ਨੂੰ ਫਿਰ ਅੱਤਵਾਦ ਵਾਲੇ ਪਾਸੇ ਧਕੇਲ ਰਹੇ। ਦੂਜਾ, 3 ਦਿਨਾਂ ਦੇ ਅੰਦਰ ਅੰਦਰ ਜਾਂ 2 ਦਿਨਾਂ ਦੇ ਅੰਦਰ ਅੰਦਰ
ਆਤੰਕਵਾਦੀਆਂ ਦਾ ਫੜੇ ਜਾਣਾ, ਐਡੀ ਜਲਦੀ ਪੁਲਿਸ ਨੂੰ ਕਾਮਯਾਬੀ ਮਿਲਣੀ, ਇਹ ਬਹੁਤ ਵੱਡਾ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ। ਤਾਂ ਕਿ ਅੱਗੇ ਕੋਈ ਘਟਨਾ ਨਾ ਵਾਪਰਦੀ, ਅਗਰ ਨਾ ਫੜੇ ਜਾਂਦੇ ਫਿਰ ਅੱਗੇ ਘਟਨਾ ਵਾਪਰਦੀ, ਇਹ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ। ਪਰ ਉਹਦੇ ਨਾਲ ਜੇ ਉੱਤੋਂ ਇੱਕ ਦਿਨ ਪਹਿਲਾਂ ਦਾ ਬਿਆਨ ਦੇਖਾਂਗੇ ਪੋਲੀਟੀਸ਼ੀਅਨਾਂ ਦਾ, ਕਿੱਡੇ ਝੂਠੇ, ਕਿੱਡੇ ਪੰਜਾਬ ਦੇ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰਨ ਵਾਲੇ, ਕਿੱਡੇ ਆਪਣੀ ਪਬਲਿਸਿਟੀ ਲੈਣ ਦੀ ਖਾਤਰ ਪੰਜਾਬ ਨੂੰ ਕਿਹੜੇ ਪਾਸੇ ਧਕੇਲੇ। ਅਸੀਂ ਸਮਾਜ ਦੇ ਆਦਰਸ਼ ਹਾਂ, ਅਸੀਂ ਸਮਾਜ ਦੇ ਆਦਰਸ਼ ਹੀ ਅਗਰ ਗਲਤ ਰਸਤੇ 'ਤੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਵਾਂਗੇ ਤਾਂ ਅਸੀਂ ਪੰਜਾਬ ਨੂੰ ਫਿਰ ਅੱਤਵਾਦ ਵਾਲੇ ਪਾਸੇ, ਪੰਜਾਬ ਦਾ ਪੋਲੀਟੀਸ਼ੀਅਨ ਹੀ ਧਕੇਲ ਰਿਹਾ। ਪੁਰਾਣੇ ਬਿਆਨਾਂ ਨੂੰ ਕੱਢੋ, ਇੱਕ ਦੂਸਰੇ 'ਤੇ ਇਲਜ਼ਾਮਾਂ ਨੂੰ ਕੱਢੋ, ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਨੂੰ ਨਾ ਪੰਜਾਬ ਦੇ ਲੋਕਾਂ ਨਾਲ ਪਿਆਰ ਹੈ, ਨਾ ਧਰਮ ਨਾਲ ਪਿਆਰ ਹੈ, ਸਾਨੂੰ ਆਪਣੀ ਵੋਟ ਅਤੇ ਕੁਰਸੀ ਦੇ ਨਾਲ। ਉੱਥੇ ਹੀ ਆਰਮੀ ਚੀਫ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰਾਂ ਵੱਲੋਂ ਕੀਤੀ ਬਿਆਨਬਾਜ਼ੀ ਨੂੰ ਗਲਤ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਬਿਆਨ ਦੇਣ ਤੋਂ ਪਹਿਲਾਂ ਲੀਡਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਦੇ ਅਤੇ ਕਿਉਂ ਗਲਤ ਬੋਲ ਰਹੇ ਹਨ। ਹਿੰਦੁਸਤਾਨ ਦੇ ਡਿਫੈਂਸ ਮਿਨਿਸਟਰ ਜਿਹੜਾ ਅੱਜ ਪਾਕਿਸਤਾਨ ਨੂੰ ਡਟ ਕੇ ਲਲਕਾਰਦਾ ਹੈ, ਉਹਨੂੰ ਅਸੀਂ ਇਹ ਕਿਉਂ ਕਹਿੰਦੇ ਹਾਂ ਬੀਜੇਪੀ ਦਾ? ਕੱਲ੍ਹ ਨੂੰ ਜਿਹੜੇ ਸਾਡੇ ਕਾਂਗਰਸ ਦੇ ਟਾਈਮ 'ਤੇ ਸੀ ਉਹ ਬੀਜੇਪੀ ਕਹਿ ਗਈ ਉਹਦਾ, ਇਹ ਬਹੁਤ ਗਲਤ ਹੈ। ਇਹ ਵੀ ਜਿਹੜੇ ਪੋਲੀਟੀਸ਼ੀਅਨਾਂ ਨੇ ਬਿਆਨ ਦਿੱਤੇ ਨੇ, ਇਹ ਵੀ ਸਾਡੇ ਪੋਲੀਟੀਸ਼ੀਅਨਾਂ ਦੇ ਨਕਾਬ ਖੁੱਲ੍ਹਦੇ ਨੇ ਵੀ ਸਾਨੂੰ ਨਾ ਆਰਮੀ ਚੀਫ ਦੇ ਜਨਰਲ ਦਾ ਪਤਾ, ਨਾ ਕਿਸੇ ਸਾਨੂੰ ਆਪਣੀ ਰਾਜਨੀਤੀ ਪਿਆਰੀ ਹੈ। ਇਹ ਚੀਜ਼ਾਂ ਵੀ ਸਾਨੂੰ ਰਿਸਰਚ ਕਰਨ ਦੀ ਲੋੜ ਹੈ ਕਿ ਅਸੀਂ ਪੋਲੀਟੀਸ਼ੀਅਨ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ। ਕੋਈ ਨੌਲੇਜ ਨਹੀਂ, ਕੋਈ ਜਾਣਕਾਰੀ ਨਹੀਂ, ਤੁਰੰਤ ਬਿਆਨ ਦਿੱਤਾ ਫਲਾਣੇ ਨੇ ਕਰਾਇਆ ਫਲਾਣੇ ਨੇ। ਅਗਰ ਪੋਲੀਟੀਸ਼ੀਅਨ ਇਸ ਤਰ੍ਹਾਂ ਇੱਕ ਦੂਜੇ ਦੇ ਬੰਬ ਬਲਾਸਟ ਕਰਾਉਣਾ ਸ਼ੁਰੂ ਕਰਦੇ ਤਾਂ ਦੇਸ਼ ਤਾਂ ਨਹੀਂ ਬਚ ਸਕਦਾ। ਇਸ ਕਰਕੇ ਸਮਝੋ, ਸੋਚੋ ਅਤੇ ਪੁਰਾਣੇ ਜਿਹੜੇ 36,000 ਬੇਗੁਨਾਹਾਂ ਦਾ ਖੂਨ ਹੋਇਆ, ਕਤਲੇਆਮ ਹੋਇਆ, ਅੱਜ ਤੱਕ ਅਸੀਂ ਉੱਠੇ ਨਹੀਂ ਪੰਜਾਬ ਤੋਂ, ਅਸੀਂ ਮਰੇ ਪਏ ਹਾਂ। ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਪੰਜਾਬ ਤੋਂ ਜਾ ਚੁੱਕੀ ਹੈ। ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਨਾ ਕਿ ਸਾਨੂੰ ਵੋਟ ਸੱਤਾ ਦੀ ਲੋੜ ਹੈ। ਵੋਟ ਸੱਤਾ ਬਾਅਦ, ਸਭ ਤੋਂ ਪਹਿਲੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਪ੍ਰਥਮ ਰਾਸ਼ਟਰ। ਇਸ ਦੌਰਾਨ ਸਰਦਾਰ ਬਿੱਟਾ ਨੇ ਨਿਰੰਕਾਰੀ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ। ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਦੋ ਟੈਰਰਿਸਟਾਂ ਦੀਆਂ ਹੱਥਾਂ ਦੇ ਵਿੱਚ ਫੋਟੋਆਂ ਚੁੱਕ ਕੇ, ਪੰਜਾਬ ਦੇ ਚੀਫ ਮਿਨਿਸਟਰ ਨੇ ਦੋ ਫੋਟੋਆਂ, ਨਹੀਂ ਤਾਂ ਡੀਜੀਪੀ ਸਾਹਿਬ ਵੀ ਚੁੱਕ ਸਕਦੇ ਸੀ, ਕੋਨਰ ਬੁਲਾਰਾ ਚੁੱਕ ਸਕਦਾ ਸੀ। ਕੈਪਟਨ ਅਮਰਿੰਦਰ ਸਿੰਘ ਜੀ ਨੇ ਦੋ ਫੋਟੋਆਂ ਚੁੱਕ ਕੇ ਸਭ ਦੇ ਸਾਹਮਣੇ ਪੇਸ਼ ਕੀਤੀਆਂ ਵੀ ਆਹ ਦੋ ਟੈਰਰਿਸਟ ਨੇ, ਆਹ ਇੱਕ ਟੈਰਰਿਸਟ ਆ, ਆਹ ਪਾਕਿਸਤਾਨ 'ਚ ਹੈ, ਇਹ ਪੰਜਾਬ ਦੇ ਨੇ। ਇਹ ਦੱਸ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੈਂ ਅੱਤਵਾਦ ਦੇ ਖਿਲਾਫ ਖੜ੍ਹਾ ਔਰ ਦੋ ਦਿਨ ਦੇ ਅੰਦਰ ਅੰਦਰ ਪੰਜਾਬ ਦੇ ਲੋਕਾਂ ਨੂੰ ਰਿਜ਼ਲਟ ਦਿੱਤਾ, ਨਹੀਂ ਤਾਂ ਚੀਫ ਮਿਨਿਸਟਰ ਕਦੀ ਫੋਟੋ ਨਹੀਂ ਚੁੱਕਦਾ ਤੁਹਾਨੂੰ ਦੱਸਾਂ। ਦੂਜੇ ਪਾਸੇ ਬਰਗਾੜੀ ਘਟਨਾ ਲਈ ਡੇਰਾ ਮੁਖੀ ਰਾਮ ਰਹੀਮ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਵੋਟ ਬੈਂਕ ਦੀ ਖਾਤਰ ਰਾਜਨੀਤਿਕ ਲੀਡਰਾਂ 'ਤੇ ਡੇਰਾ ਮੁਖੀ ਨੂੰ ਸ਼ਹਿ ਦੇ ਰੱਖੀ ਹੈ। ਜਿੱਦਾਂ ਬਰਗਾੜੀ ਕਾਰਡ ਹੋਇਆ, ਇਹ ਮੁੱਦਾ ਇੱਕ ਉਹਨਾਂ ਨੂੰ ਮਿਲਿਆ, ਲੁੱਚੇ ਸੌਦੇ ਨੇ ਅਪਮਾਨ ਕੀਤਾ, ਕਿਸ ਵੇਲੇ ਕਿੱਥੇ ਸੀ ਉਸ ਵੇਲੇ ਦਾ ਪ੍ਰਸ਼ਾਸਨ, ਕੀ ਤਨਖਾਹਾਂ ਨਹੀਂ ਲੈਂਦੇ, ਕਿੱਥੇ ਸੀ ਉਸ ਵੇਲੇ ਦੇ ਪੋਲੀਟੀਸ਼ੀਅਨ, ਸਮਾਜ ਦੇ ਆਦਰਸ਼। ਮੇਰੇ ਵਰਗਾ ਬੰਦਾ ਤਾਂ ਸੋਚ ਸਕਦਾ ਕਿ ਲੁੱਚੇ ਸੌਦੇ ਦਾ ਕੰਮ ਹੋ ਸਕਦਾ ਉਦੋਂ, ਪਰ ਇਹਨਾਂ ਦੇ ਦਿਮਾਗ ਕੰਮ ਨਹੀਂ ਕੀਤੇ। ਹੁਣ ਹਰ ਬੰਦਾ ਉੱਠ ਕੇ ਕਹਿੰਦਾ ਇਹ ਤਾਂ ਅਸੀਂ ਤਾਂ ਇਹਦੇ ਨੇੜੇ ਨਹੀਂ ਜਾਣਾ, ਵੀ ਪਹਿਲਾਂ ਤੁਸੀਂ ਕਿੱਥੇ ਸੀ? ਲੁੱਚਾ ਸੌਦਾ ਸਾਡਾ ਪਾਲਿਆ, ਗੁੰਡਾ ਸੀ ਪੋਲੀਟੀਸ਼ੀਅਨਾਂ ਦਾ, ਸਾਨੂੰ ਵੋਟ ਪੋਲੀਟਿਕਸ ਚਾਹੀਦੀ ਸੀ ਨਾ, ਉਹ ਗੁੰਡਾ ਪਾਲਿਆ, ਕਰੋੜਾਂ ਲੋਕ ਸ਼ਰਧਾਲੂ। ਸੀਸੀਐਨ ਆਵਾਜ਼ ਲਈ ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਇੱਕ ਲੁਟੇਰਾ GRP ਦੇ ਮੁਲਾਜ਼ਮ ਤੋਂ ਉਸਦਾ ਬੈਗ ਅਤੇ ਰਿਵਾਲਵਰ ਖੋਹ ਕੇ ਫਰਾਰ ਹੋ ਗਏ। ਉਕਤ ਮੁਲਾਜ਼ਮ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਲੁਟੇਰੇ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਸ਼ਰੇਆਮ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਨਹੀਂ ਝਿਜਕਦੇ। ਤਾਜ਼ਾ ਮਾਮਲਾ ਜਲੰਧਰ ਸ਼ਹਿਰ ਦੇ GRP ਪੁਲਿਸ ਮੁਲਾਜ਼ਮ ਕਸ਼ਮੀਰ ਸਿੰਘ ਨਾਲ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਕਸ਼ਮੀਰ ਸਿੰਘ ਨੂੰ ਗੱਡੀ ਵਿੱਚੋਂ ਤੇਲ ਲੀਕ ਹੋਣ ਦੀ ਗੱਲ ਆਖੀ, ਜਿਸ ਕਾਰਨ ਉਹ ਗੱਡੀ ਵਿੱਚੋਂ ਉਤਰ ਕੇ ਬੋਨਟ ਖੋਲ੍ਹ ਕੇ ਚੈੱਕ ਕਰਨ ਲੱਗਾ ਤਾਂ ਨੌਜਵਾਨ ਉਸਦਾ ਸੀਟ 'ਤੇ ਪਿਆ ਬੈਗ ਚੁੱਕ ਕੇ ਭੱਜ ਗਿਆ। ਬੈਗ ਵਿੱਚ 12 ਜ਼ਿੰਦਾ ਰੌਂਤ ਅਤੇ ਸਰਵਿਸ ਗਨ, ਹੋਰ ਵੀ ਕਈ ਜ਼ਰੂਰੀ ਕਾਗਜ਼ਾਤ ਸਨ। ਇਸ ਘਟਨਾ ਦੀ ਖਬਰ ਪੁਲਿਸ ਵਿਭਾਗ ਵਿੱਚ ਪਹੁੰਚਣ ਕਾਰਨ ਪੁਲਿਸ ਮੁਲਾਜ਼ਮਾਂ ਦੇ ਹੱਥ ਪੈਰ ਫੁੱਲ ਗਏ। ਮੌਕਾ ਵਾਰਦਾਤ 'ਤੇ ਥਾਣਾ 3 ਦੇ SHO ਪੁਲਿਸ ਪਾਰਟੀ ਦੇ ਨਾਲ ਪਹੁੰਚੇ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ। ਮਾਮਲਾ ਜਦੋਂ ਮੈਂ ਰੇਲਵੇ ਸਟੇਸ਼ਨ ਤੋਂ ਗੱਡੀ ਕਰ ਰਿਹਾ ਸੀ, ਡਿਊਟੀ ਕਰਕੇ ਆ ਰਿਹਾ ਸੀ, ਅਤੇ ਜਦੋਂ ਰੇਲਵੇ ਸਟੇਸ਼ਨ ਤੋਂ ਗੱਡੀ ਕਰ ਗਿਆ, ਇੱਕ ਆਦਮੀ ਨੇ ਕਿਹਾ ਵੀ ਤੁਹਾਡਾ ਕੁਲ ਨਹੀਂ ਹੁੰਦਾ। ਮੈਂ ਅੱਗੇ ਖਾਲੀ ਜਗ੍ਹਾ 'ਤੇ ਲਿਆ ਕੇ ਰਾਸ਼ ਤੋਂ ਗੱਡੀ ਜਿਹੜੀ ਆ ਲਾਈ ਹੈ ਸਾਈਡ 'ਤੇ, ਅਤੇ ਉਹਦਾ ਬੋਨਟ ਖੋਲ੍ਹ ਕੇ ਦੇਖਿਆ ਵਾ, ਅਤੇ ਉਹ ਜਿਹੜਾ ਤੇਲ ਵਿੱਚੋਂ ਬਾਹਰ ਨਿਕਲ ਰਿਹਾ ਸੀ, ਉਹ ਜਦੋਂ ਮੈਂ ਅਖਬਾਰ ਕੱਢ ਕੇ ਦੇਖਿਆ ਮੇਰਾ ਬੈਗ ਵਿੱਚ ਪਿਆ, ਅਤੇ ਜਦੋਂ ਮੈਂ ਫਿਰ ਦੁਬਾਰਾ ਦੂਜੀ ਅਖਬਾਰ ਲੈਣਾ ਵਿੱਚ ਬੈਗ ਮੇਰਾ। ਇਸ ਮਾਮਲੇ ਦੀ ਜਾਂਚ ਅਧਿਕਾਰੀ ਥਾਣਾ 3 ਦੇ SHO ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਲਦ ਹੀ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ। ਅੱਜ ਸਾਨੂੰ ਕੰਪਲੇਂਟ ਮਿਲੀ ਕਿ ਅਸੀਂ GRP ਲੁਧਿਆਣੇ ਲੱਗਿਆ ਕਸ਼ਮੀਰ ਸਿੰਘ,
ਉਹ ਇੱਧਰੋਂ ਜਾ ਰਿਹਾ ਸੀ ਸਟੇਸ਼ਨ ਵਾਲੇ ਪਾਸਿਓਂ ਦਮੋਰੀਆ ਵਾਲੇ ਵਾਲੇ ਪਾਸਿਓਂ, ਅਤੇ ਉਹਨੇ ਦੱਸਿਆ ਕਿ ਕੋਈ ਬੱਚਾ ਮੈਨੂੰ ਕਹਿੰਦਾ ਤੇਰੀ ਗੱਡੀ ਕੋਈ ਤੇਲ 'ਚ ਆਉਂਦਾ। ਉੱਤਰ ਕੇ ਦੇਖਣ ਲੱਗਿਆ ਤਾਂ ਉਹਦਾ ਬੈਗ ਕੋਈ ਚੋਰੀ ਕਰਕੇ ਲੈ ਗਿਆ ਗੱਡੀ 'ਚੋਂ, ਅਤੇ ਜਿਹਦੇ ਵਿੱਚ ਉਹਦਾ ਸਰਕਾਰੀ ਰਿਵਾਲਵਰ ਸੀ। ਮੌਕੇ 'ਤੇ ਆਏ ਆ, ਦੇਖ ਰਹੇ ਹਾਂ, ਅਤੇ ਬਿਆਨ ਲੈ ਕੇ ਜੋ ਵੀ ਬਣੀ ਕਾਰਵਾਈ ਕਰ ਰਹੇ। ਸੀ ਸੀ ਐੱਨ ਆਵਾਜ਼ ਲਈ ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਖਤਮ ਕਰਕੇ ਜ਼ਮੀਨ ਅਤੇ ਮਕਾਨ ਦੇ ਮਾਲਕੀ ਦੇ ਹੱਕ ਦੇਣ ਦੀ ਮੰਗ ਨੂੰ ਲੈ ਕੇ ਲੋਕ ਜਨਸ਼ਕਤੀ ਪਾਰਟੀ ਦਾ ਸ਼ੁਰੂ ਕੀਤਾ ਮਾਰਚ ਐਤਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਪੁੱਜਾ। ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਦੀ ਅਗਵਾਈ ਵਿੱਚ ਸ਼੍ਰੀ ਦਮਦਮਾ ਸਾਹਿਬ ਵੱਲੋਂ ਸ਼ੁਰੂ ਹੋਇਆ ਇਹ ਮਾਰਚ ਮੁਕਤਸਰ ਵੱਲੋਂ ਆਪਣੇ ਪੜਾਅ ਲਈ ਰਵਾਨਾ ਹੋਇਆ, ਜੋ ਕਿ ਸਾਦਿਕ ਫਿਰੋਜ਼ਪੁਰ ਫਰੀਦਕੋਟ ਕੋਟਪੁਰਾ ਹੁੰਦੇ ਹੋਏ ਬਠਿੰਡਾ ਹਲਕੇ ਦੇ ਪਿੰਡ ਮਹਿਰਾਜ ਵਿੱਚ ਜਾ ਕੇ ਖਤਮ ਹੋਇਆ। ਇਸ ਦੌਰਾਨ ਨੇਤਾਵਾਂ ਨੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਇਹ ਲੋਕ ਪਹਿਲਾਂ ਤੋਂ ਹੀ ਅਲਾਟ ਕੀਤੀ ਜ਼ਮੀਨ ਦੀ ਮਾਲਕੀ ਦੇਣ, ਵਾਰਸਾਂ ਦੇ ਨਾਮ ਰਜਿਸਟਰੀ ਕਰਾਉਣ, ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ, ਹਾਜ਼ਰੀ ਜੋਬ ਕਾਰਡ 'ਤੇ ਲਗਾਉਣਾ, ਅਨੁਸੂਚਿਤ ਜਾਤੀਆਂ ਦੇ ਬੱਚਿਆਂ 'ਤੇ ਜਬਰਨ ਫੀਸ ਲੈਣ ਵਾਲੇ ਸਕੂਲਾਂ ਦੇ ਖਿਲਾਫ਼ ਕਾਰਵਾਈ ਕਰਨ, ਮਜ਼ਦੂਰਾਂ ਦੀ ਪੈਨਸ਼ਨ 1,000 ਰੁਪਏ ਕਰਨ ਆਦਿ ਦੀ ਮੰਗ ਕਰ ਰਹੇ ਹਨ। ਲੋਕ ਜਨਸ਼ਕਤੀ ਪਾਰਟੀ ਵੱਲੋਂ ਪਿਛਲੇ 11 ਸਾਲ ਤੋਂ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਤਾਂ ਅੱਜ ਤੱਕ ਪੰਜਾਬ ਦੀ 80% ਆਬਾਦੀ ਲਾਲ ਲਕੀਰ ਦੇ ਅੰਦਰ ਰਹਿ ਰਹੀ ਹੈ। ਸਾਡੇ ਮੱਥੇ 'ਤੇ ਜਿਹੜਾ ਇਹ ਕਲੰਕ ਹੈਗਾ ਲਾਲ ਲਕੀਰ, ਉਹਨੂੰ ਖਤਮ ਕਿਸੇ ਵੀ ਸਰਕਾਰ ਨੇ ਕਰਨ ਦਾ ਯਤਨ ਨਹੀਂ ਕੀਤਾ। ਤਾਂ ਲੋਕ ਜਨਸ਼ਕਤੀ ਪਾਰਟੀ ਨੇ ਇਸ ਕਰਕੇ ਇਹ ਅੰਦੋਲਨ ਸ਼ੁਰੂ ਕੀਤਾ 11 ਸਾਲਾਂ ਤੋਂ, ਕਿਉਂਕਿ ਜਿਹੜੇ ਬੇਜ਼ਮੀ ਨੇ ਲੋਕ ਹੈ ਉਹਨਾਂ ਦੇ ਕੋਲ ਮਕਾਨ ਦੀ ਰਜਿਸਟਰੀ ਨਾ ਹੋਣ ਕਰਕੇ ਨਾ ਕੋਈ ਉਹ ਜ਼ਮਾਨਤ ਕਰਵਾ ਸਕਦੇ ਹੈ, ਨਾ ਕੋਈ ਉਹ ਵਿਚਾਰੇ ਲੋਨ ਲੈ ਸਕਦੇ ਹੈ। ਸਰਕਾਰਾਂ ਭਾਵੇਂ ਲੱਖ ਕਹਿਣ ਕਿ ਤੁਸੀਂ ਆਹ ਸਹੂਲਤ ਲੈ ਸਕਦੇ ਹੋ, ਆਹ ਸਹੂਲਤ ਲੈ ਸਕਦੇ ਹੋ, ਪਰ ਜਿੱਥੇ ਗਰੰਟੀ ਪਾਉਣ ਦੀ ਲੋੜ ਪੈਂਦੀ ਹੈ ਉੱਥੇ ਜ਼ਮੀਨ ਦੀ ਲੋੜ ਪੈਂਦੀ ਹੈ। ਤਾਂ ਜ਼ਮੀਨ ਨਾ ਹੋਣ ਕਰਕੇ ਬਹੁਤੇ ਪਿੰਡਾਂ ਦੇ ਵਿੱਚ ਸੋਸ਼ਲ ਬਾਈਕਾਟ ਹੋਏ ਅਤੇ ਬੇਜ਼ਮੀ ਨੇ ਜਿਹੜੇ ਲੋਕ ਹੈ ਉਹਨਾਂ ਨੂੰ ਜਲਾਲਤ ਦੀ ਜ਼ਿੰਦਗੀ ਦਾ ਜਿਹੜਾ ਅਹਿਸਾਸ ਉਹਨਾਂ ਟਾਈਮਾਂ ਦੇ ਵਿੱਚ ਹੋਇਆ। ਇਸ ਕਰਕੇ ਲੋਕ ਜਨਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਰਾਮ ਵਿਲਾਸ ਪਾਸਵਾਨ ਜੀ, ਸਾਡੇ ਸੰਸਦ ਬੋਰਡ ਦੇ ਚੇਅਰਮੈਨ ਚਿਰਾਗ ਪਾਸਵਾਨ ਜੀ, ਜਿਹੜੇ ਪਿਛਲੇ ਦਿਨੀ ਫਰੀਦਕੋਟ 30 ਅਗਸਤ ਨੂੰ ਆ ਕੇ ਗਏ ਹੈ, ਉਹਨਾਂ ਵੱਲੋਂ ਵੀ ਯਤਨ ਇਸ ਦੇ ਲਈ ਕੀਤੇ ਗਏ। ਸੂਬਾ ਪ੍ਰਧਾਨ ਕਿਰਨਜੀਤ ਗੈਰੀ ਨੇ ਕਿਹਾ ਕਿ ਇਹ ਇੱਕ ਬੇਦਾਵਾ ਹੈ ਜੋ ਕਿ ਲਾਲ ਲਕੀਰ ਦੇ ਨਾਮ ਵੱਲੋਂ ਸਰਮਾਏਦਾਰਾਂ ਨੇ ਗਰੀਬ ਲੋਕਾਂ ਨੂੰ ਦਿੱਤਾ ਹੈ, ਜਿਸ ਨੂੰ ਖਤਮ ਕਰਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਗਰੀਬ ਲੋਕਾਂ ਦੇ ਕੋਲ ਕੋਈ ਰਜਿਸਟਰੀ ਨਹੀਂ ਹੋਣ ਦੇ ਕਾਰਨ ਉਹ ਕੋਈ ਵੀ ਮੂਲ ਸਹੂਲਤਾਂ ਨਹੀਂ ਲੈ ਸਕਦੇ। ਪਿਛਲੇ ਅਕਾਲੀ ਭਾਜਪਾ ਸਰਕਾਰ ਨੇ ਦਸੰਬਰ 2016 ਵਿੱਚ ਇਸ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ, ਲੇਕਿਨ ਬਾਅਦ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਜਿਸ ਵਿੱਚ ਇਹ ਇਸ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਦੀ ਮੰਗ ਪੂਰਤੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਇਹ ਜਿਹੜਾ ਸਾਡਾ ਮਾਰਚ ਹੈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਿਆ, ਹੁਣ ਅਸੀਂ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਹਾਂ ਸਿੰਘ ਦਾ ਬੇਦਾਵਾ ਪਾੜਿਆ ਸੀ। ਅਤੇ ਮੈਂ ਸਮਝਦਾ ਇਹ ਸਰਕਾਰਾਂ ਨੇ ਬੇਦਾਵਾ ਗਰੀਬ ਲੋਕਾਂ ਨੂੰ ਦਿੱਤਾ ਹੋਇਆ, ਉਹ ਬੇਦਾਵਾ ਵੀ ਅਸੀਂ ਪੜਵਾਉਣਾ ਹੈ ਗਰੀਬ ਲੋਕਾਂ ਦੇ ਨਾਲ। ਜਿਹੜਾ ਬੇਦਾਵਾ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਨੇ ਸ਼ਰਮਾਏਦਾਰ ਲੋਕਾਂ ਨੇ ਜਿਹੜਾ ਦਿੱਤਾ ਹੋਇਆ ਉਹਨੂੰ ਅਸੀਂ ਖਤਮ ਕਰਨਾ ਹੈ। ਤਾਂ ਇਸ ਗੱਲ ਲਈ ਅਸੀਂ ਅੱਜ ਅਰਦਾਸ ਕਰਕੇ ਤੋਂ ਚੱਲੇ ਹਾਂ। ਸੀ ਸੀ ਐੱਨ ਆਵਾਜ਼ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ। ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਇੱਕ ਕਲੋਨੀ ਵਿੱਚ ਲੱਗ ਰਹੇ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਕਲੋਨੀ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਸ਼ਾਸਨ ਤੋਂ ਟਾਵਰ ਨਾ ਲਗਾਉਣ ਦੀ ਮੰਗ ਕੀਤੀ। ਇਸ ਮਾਮਲੇ ਦੇ ਚੱਲਦੇ ਕਲੋਨੀ ਵਾਸੀਆਂ ਨੇ ਟਾਵਰ ਦਾ ਕੰਮ ਬੰਦ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਹੈ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਅਕਾਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਕਾਲਜ ਦੇ ਨਜ਼ਦੀਕ ਹੈ, ਜਿੱਥੇ ਜ਼ਿਆਦਾ ਮੁਲਾਜ਼ਮ ਲੋਕ ਹੀ ਰਹਿੰਦੇ ਹਨ। ਮਸਲਾ ਇਹ ਹੈ ਜੀ, ਸਾਡੇ ਪ੍ਰੋਫੈਸਰ ਕਲੋਨੀ 'ਚ ਇੱਕ ਕੰਪਨੀ ਟਾਵਰ ਲਾ ਰਹੀ ਹੈ ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਅਸੀਂ ਆਪ ਹੀ ਜਾਣਦੇ ਹਾਂ ਕਿ ਇੱਥੇ ਘਰਾਂ ਦੇ ਵਿੱਚ ਇੱਕ ਟਾਵਰ ਲੱਗਣਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਗਾ। ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਜਿਸ ਜਿਹੜੇ ਵੀ ਪ੍ਰਸ਼ਾਸਨ ਇਹਦੀ ਮਨਜ਼ੂਰੀ ਦਿੱਤੀ ਆ, ਅਸੀਂ ਕਹਿੰਦੇ ਹਾਂ ਇਹਦੀ ਦੁਬਾਰੇ ਘੋਖ ਕਰੀ ਜਾਵੇ ਅਤੇ ਇਹਨੂੰ ਕੈਂਸਲ ਕਰਿਆ ਜਾਵੇ। ਇਲੈਕਟ੍ਰੋਮੈਗਨੈਟਿਕ ਰੇਸ ਜਿਹੜੀਆਂ ਨੇ ਸਾਡੀ ਬੋਡੀ ਨੂੰ ਬੜਾ ਪ੍ਰਭਾਵਿਤ ਕਰਦੀਆਂ ਨੇ, ਸੋ ਸਾਡੀ ਮੰਗ ਇਹ ਹੈ ਪ੍ਰਸ਼ਾਸਨ ਨੂੰ ਜਾਂ ਜਿਹੜੇ ਵਿਅਕਤੀਆਂ ਨੇ ਲਾਇਆ ਵੀ ਇੱਥੇ ਨਾ ਲਾਉਣ, ਕਿਉਂਕਿ ਇਹਦੇ ਨਾਲ ਸਿਹਤ ਦਾ ਬੜਾ ਨੁਕਸਾਨ ਹੁੰਦਾ। ਕਲੋਨੀ ਵਾਸੀਆਂ ਦਾ ਦੱਸਣਾ ਹੈ ਕਿ ਹੁਣ ਕਲੋਨੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਜਗ੍ਹਾ ਵਿੱਚ ਨਿੱਜੀ ਕੰਪਨੀ ਦਾ ਮੋਬਾਈਲ ਟਾਵਰ ਲਗਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਕਲੋਨੀ ਵਾਸੀਆਂ ਨੂੰ ਪਤਾ ਲੱਗਦੇ ਹੀ ਉਹਨਾਂ ਇਸ ਟਾਵਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅੱਜ ਕਲੋਨੀ ਵਾਸੀ ਨੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਟਾਵਰ ਲਗਾਉਣ ਦਾ ਕੰਮ ਬੰਦ ਕਰਿਆ ਨਾ ਗਿਆ ਤਾਂ ਉਹ ਸੜਕਾਂ 'ਤੇ
ਉਤਰ ਕੇ ਪ੍ਰਦਰਸ਼ਨ ਕਰਨਗੇ ਅਤੇ ਇਸ ਖਿਲਾਫ਼ ਅਦਾਲਤ ਵਿੱਚ ਵੀ ਜਾਣਗੇ। ਮੈਂ ਇਹ ਦਸ਼ਮੇਸ਼ ਕਲੋਨੀ ਦਾ ਵਸਨੀਕ ਹਾਂ, ਬਾਕੀ ਸਾਰੀ ਕਲੋਨੀ ਵਾਲੇ ਅਸੀਂ ਇਕੱਠੇ ਹੋਏਗੇ। ਇਹ ਟਾਵਰ ਦਾ ਜਿਹੜਾ ਆਉਣ ਵਾਲੇ ਟਾਈਮ 'ਚ ਬੁਰਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈਗਾ। ਅੱਜ ਸਾਨੂੰ ਇਹ ਮੂਰਲੀ ਗੱਲ ਲੱਗਦੀ ਹੈਗੀ, ਆਉਣ ਵਾਲੇ ਟਾਈਮ 'ਚ ਬਹੁਤ ਮੁਸ਼ਕਲਾਂ ਪੈਦਾ ਹੋ ਜਾਣੀਆਂ। ਇਸ ਕਰਕੇ ਅਸੀਂ ਸਾਰੀ ਕਲੋਨੀ ਵਾਲੇ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਸ ਦਾ ਬਿਲਕੁਲ ਕੰਮ ਠੱਪ ਕੀਤਾ ਜਾਵੇ ਅਤੇ ਇੱਥੇ ਟਾਵਰ ਲੱਗਣ ਨਹੀਂ ਦੇਵਾਂਗੇ, ਜੋ ਵੀ ਸਾਨੂੰ ਕਰਨਾ ਪਿਆ ਕਰਾਂਗੇ। ਹਰ ਸੀਸੀਐਨ ਆਵਾਜ਼ ਲਈ ਤਲਵੰਡੀ ਸਾਬੋ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ। ਫਿਲਹਾਲ ਦੇ ਲਈ ਇਹ ਨਹੀਂ, ਤਾਜ਼ਾ ਤਰੀਨ ਜਾਣਕਾਰੀ ਦੇ ਲਈ ਦੇਖਦੇ ਰਹੋ ਸੀਸੀਐਨ ਆਵਾਜ਼ 'ਤੇ। ਮੈਨੂੰ ਦਿਓ ਇਜਾਜ਼ਤ।